ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਪਾਪਾਂ ਦੇ ਘੜੇ ਭੰਨਣ ਦੇ ਪ੍ਰੋਗਰਾਮ ਬਣਾਏ ਗਏ ਹਨ, ਜਿਸ ਦੀ ਸ਼ੁਰੂਆਤ ਹਲਕਾ ਫਲੋਰ ਦੇ ਸ਼ਹਿਰ ਗੁਰਾਇਲ ਤੋਂ ਸ਼ੁਰੂ ਕੀਤੀ ਗਈ। ਇਸ ਮੌਕੇ 'ਤੇ ਇੱਕ ਮੀਟਿੰਗ ਵੀ ਬੁਲਾਈ ਗਈ, ਜਿਸ ਵਿੱਚ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ। ਇਸ ਵਿੱਚ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਦੱਸਿਆ, ਸੈਂਟਰ ਸਰਕਾਰ ਅਤੇ ਸੂਬਾ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਦਿਖਾਈ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ 5 ਘੜੇ ਪਾਪਾਂ ਨਾਲ ਭਰ ਚੁੱਕੇ ਹਨ, ਬਸਪਾ ਪੂਰੇ ਪੰਜਾਬ ਵਿੱਚ ਇਹਨਾਂ ਪਾਪਾਂ ਦੇ ਘੜਿਆਂ ਨੂੰ ਤੋੜੇਗੀ। ਅਤੇ ਇਸ ਮੌਕੇ ਉਹਨਾਂ ਨੇ ਦੱਸਿਆ ਕਿ 2020 ਵਿੱਚ ਆਉਣ ਵਾਲੀਆਂ ਚੋਣਾਂ ਬਸਪਾ ਮਜ਼ਬੂਤੀ ਨਾਲ ਲੜੇਗੀ ਅਤੇ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਜਸਵੀਰ ਸਿੰਘ ਗੜੀ, ਬਲਵਿੰਦਰ ਕੁਮਾਰ, ਤੀਰਥ ਰਾਜਪੁਰਾ, ਸਤਪਾਲ ਬਿਰਖ, ਲਾਲਚੰਦ ਔਜਲਾ, ਸੁਖਵਿੰਦਰ ਬਿੱਟੂ, ਰਾਮ ਸਰੂਪ ਸਰੋਏ, ਅੰਮ੍ਰਿਤ ਭੌਂਸਲੇ, ਬਸਪਾ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ। ਅੱਜ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਫਲੋਰ ਦੀ ਇੱਕ ਮੀਟਿੰਗ ਸਤਿਕਾਰਯੋਗ ਜਸਵੀਰ ਸਿੰਘ ਗੜੀ, ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਅਗਵਾਈ ਦੇ ਵਿੱਚ ਵਿਧਾਨ ਸਭਾ ਫਲੋਰ ਗਰਾਇਆਂ ਵਿਖੇ ਹੋ ਰਹੀ ਹੈ। ਉਹਦੇ ਵਿੱਚ ਅੱਜ ਜਿਹੜੀ ਆ ਬਹੁਜਨ ਸਮਾਜ ਪਾਰਟੀ ਦੀਆਂ ਕਮਜ਼ੋਰੀਆਂ, ਬਹੁਜਨ ਸਮਾਜ ਪਾਰਟੀ ਨੂੰ ਕਿੱਦਾਂ ਅੱਗੇ ਵਧਾਇਆ ਜਾਵੇ ਉਹਦੇ ਸੰਬੰਧੀ ਸਮੀਖਿਆ ਕੀਤੀ ਜਾ ਰਹੀ ਆ। ਅਤੇ ਨਾਲ ਹੀ ਜਿਹੜਾ ਦੇਸ਼ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਗੁਰੂ ਅਰਦਾਸ ਮਹਾਰਾਜ ਜੀ ਦਾ ਤੁਗਲਾਬਾਦ ਵਿਖੇ ਮੰਦਰ ਢਾਇਆ ਗਿਆ, ਉਹਦੇ ਸੰਬੰਧ ਵਿੱਚ ਰੋਸ ਮਾਰਚ, ਔਰ ਮਹਾਰਿਸ਼ੀ ਵਾਲਮੀਕ ਜੀ ਜਿਨ੍ਹਾਂ ਦੇ 26 ਖਰਾਬ ਕੰਧ ਦੇ ਕਲਰ TV 'ਤੇ ਜਿਹੜਾ ਨਾਟਕ ਚੱਲ ਰਿਹਾ ਸੀ ਸ਼ੀਆ ਰਾਮ ਕੇ ਲਵ ਕੁਸ਼, ਉਹਦੇ ਵਿੱਚ ਜੋ ਘਟਨਾ ਘਟੀ ਆ ਉਹਦਾ ਰੋਸ ਮਾਰਚ ਜਿਹੜਾ ਉਹਦੇ ਵਿਰੋਧ ਦੇ ਵਿੱਚ ਜਿਹੜਾ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਫਲੋਰ ਵੱਲੋਂ ਗਰਾਇਆਂ ਵਿਖੇ ਕੀਤਾ ਜਾਵੇਗਾ। ਸੋ ਇਸ ਮੌਕੇ 'ਤੇ ਅੱਜ ਸਾਡੇ ਬਹੁਤ ਹੀ ਜਿਹੜੇ ਵਿਧਾਨ ਸਭਾ ਹਲਕੇ ਦੇ ਜ਼ਿੰਮੇਵਾਰ ਸਾਥੀ, ਵਰਕਰ, ਲੀਡਰ ਅਤੇ ਸਾਰੇ ਜਿਹੜੇ ਆਗੂ ਸਵਾਨ ਪਹੁੰਚੇ ਆ। ਇਸ ਮੌਕੇ 'ਤੇ ਅਸੀਂ ਪ੍ਰਧਾਨ ਜੀ ਦੇ ਜਿਹੜੇ ਵਿਚਾਰ ਸੁਣ ਕੇ ਉਹਨਾਂ ਦੀ ਗਾਈਡਲਾਈਨ ਲੈ ਕੇ ਵਿਧਾਨ ਸਭਾ ਹਲਕਾ ਫਲੋਰ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਔਰ 2022 ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਸੀਟ ਜਿੱਤ ਕੇ ਜਿਹੜੀ ਆ ਬਹੁਜਨ ਸਮਾਜ ਪਾਰਟੀ ਦੀ ਝੋਲੀ ਦੇ ਵਿੱਚ ਫਲੋਰ ਵਿਧਾਨ ਸਭਾ ਤੋਂ ਪਾਉਣ ਦੇ ਲਈ ਜਿਹੜਾ ਅਸੀਂ ਅੱਗੇ ਜਿਹੜਾ ਵਰਕਰਾਂ ਦੀ ਟੀਮ ਬਣਾ ਕੇ ਕੰਮ ਕਰਨਾ। ਔਰ ਇਸ ਮੌਕੇ 'ਤੇ ਮੈਂ ਸਾਰੇ ਆਏ ਹੋਏ ਵਰਕਰਾਂ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ। ਅਤੇ ਨਾਲ ਹੀ ਜਿਹੜੇ ਸਾਡੇ ਰੋਸ ਮਾਰਚ ਜਿਹੜਾ ਕੱਢਣਾ ਉਹਦੇ ਵਿੱਚ ਜਿਹੜਾ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਤੁਗਲਾਬਾਦ ਦੇ ਵਿੱਚ ਮੰਦਰ ਹੈ ਗੁਰੂ ਅਰਦਾਸ ਮਹਾਰਾਜ ਦਾ, ਉਹ ਦੁਬਾਰਾ ਬਣਾਇਆ ਜਾਵੇ ਉਸੇ ਜਗ੍ਹਾ 'ਤੇ। ਔਰ ਜਿਹੜੀ ਕਲਰ TV 'ਤੇ ਭਗਵਾਨ ਵਾਲਮੀਕ ਜੀ ਦੀ 26 ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਉਹਦੇ ਜਿਹੜਾ ਪ੍ਰੋਡਿਊਸਰ ਆ ਅਤੇ ਉਹਨਾਂ ਦੇ ਜਿਹੜੇ ਸੰਚਾਲਕ ਆ ਜਿਹੜੇ ਕਲਰ TV ਦੇ, ਉਹਨਾਂ ਦੇ ਖਿਲਾਫ਼ ਜਿਹੜਾ ਪਰਚਾ ਦਰਜ ਕੀਤਾ ਜਾਵੇ ਔਰ ਇਸ ਸੀਰੀਅਲ ਨੂੰ ਪੂਰੇ ਭਾਰਤ ਦੇ ਵਿੱਚ ਬੰਦ ਕੀਤਾ ਜਾਵੇ। ਜੈ ਭੀਮ, ਜੈ ਭਾਰਤ। ਜਿਹੜੇ ਤਿਆਰ ਕੀਤੇ ਗਏ ਆ 5, ਉਹ ਜਿਹੜੇ ਆ ਕਾਂਗਰਸ, BJP, ਅਕਾਲੀ ਦਲ ਦੇ ਜਿਹੜੀਆਂ ਸਰਕਾਰਾਂ ਨੇ ਪਿਛਲੇ ਸਮੇਂ ਵਿੱਚ ਜਿਹੜੇ ਆ ਦਲਿਤਾਂ ਦੇ ਉੱਪਰ, ਬਹੁਜਨ ਸਮਾਜ ਦੇ ਉੱਪਰ ਹੱਤਿਆਂ ਦੇ ਅੱਤਿਆਚਾਰ ਕੀਤੇ ਆ, ਉਹਦੇ ਸੰਬੰਧ ਵਿੱਚ ਜਿਹੜੇ ਆ ਪ੍ਰਧਾਨ ਜੀ ਔਰ ਪਾਰਟੀ ਵੱਲੋਂ ਇਹ ਪ੍ਰੋਗਰਾਮ ਬਣਾਇਆ ਗਿਆ ਵੀ ਹੁਣ ਪਾਪਾ ਦਾ ਘੜਾ ਜਿਹੜਾ ਭਰ ਚੁੱਕਾ ਔਰ ਬਹੁਜਨ ਸਮਾਜ ਇਹਨੂੰ ਬਰਦਾਸ਼ਤ ਨਹੀਂ ਕਰੇਗਾ। ਇਸ ਕਰਕੇ ਅਸੀਂ ਜਿਹੜੇ ਅੱਜ 5 ਘੜੇ ਜਿਹੜੇ ਆ ਉਹ ਰੋਸ ਪ੍ਰਦਰਸ਼ਨ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਅਸੀਂ ਇੱਥੇ ਭੰਨਣਾ ਔਰ ਇਹ ਸਾਡਾ ਸੰਕੇਤਕ ਵਿਰੋਧ ਆ ਕਿ ਅਸੀਂ ਜਿਹੜਾ ਇਹ ਪਾਪਾਂ ਦਾ ਘੜਾ ਜਿਹੜਾ ਭਰ ਚੁੱਕੇ ਆ ਹੁਣ ਔਰ ਬਹੁਜਨ ਸਮਾਜ ਜਿਹੜਾ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਔਰ ਅੱਤਿਆਚਾਰ ਦੇ ਖਿਲਾਫ਼ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ ਬਹੁਜਨ ਸਮਾਜ ਪੜ ਕੇ ਡਟ ਕੇ ਇਹਦੇ ਖਿਲਾਫ਼ ਲੜਾਈ ਲੜੇਗੀ। ਜੈ ਭੀਮ, ਜੈ ਭਾਰਤ। ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਫਲੋਰ ਦੀ ਇੱਕ ਭਰਵੀਂ ਮੀਟਿੰਗ ਅੱਜ ਮਾਣਯੋਗ ਸ੍ਰੀ ਜਸਵੀਰ ਸਿੰਘ ਗੜੀ ਕੰਨਗੋ ਪ੍ਰਧਾਨ ਬਸਪਾ ਪੰਜਾਬ ਦੀ ਜਿਹੜੇ ਆ ਉਹ ਅਗਵਾਈ ਵਿੱਚ ਹੋਈ ਆ।
ਔਰ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਕੱਲ੍ਹ ਤੋਂ 12 ਸਤੰਬਰ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਪੰਜਾਬ ਦੇ ਅੰਦਰ ਪਾਪਾਂ ਦੇ ਘੜੇ ਭੰਨ ਪ੍ਰੋਗਰਾਮ, ਜਿਹੜਾ ਸਰਕਾਰ ਔਰ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਕਾਂਗਰਸ ਸਰਕਾਰ ਔਰ ਅਕਾਲੀ ਦਲ ਜਿਹੜਾ ਤੁਗਲਕਾਬਾਗ ਮੰਦਰ ਢਵਾਉਣ ਦੇ ਵਿੱਚ ਬਰਾਬਰ ਦਾ BJP ਦੇ ਨਾਲ ਭਾਗੀਦਾਰ ਆ, ਅਤੇ ਜਿਹੜਾ ਦਿੱਲੀ ਦੀ ਜਿਹੜੀ ਆ ਉਹ ਕੇਜਰੀਵਾਲ ਸਰਕਾਰ ਜਿਹੜੀ ਇਨਵੋਲਵ ਆ ਉਹਦੇ ਵਿੱਚ, ਕਿਉਂਕਿ ਉਹ ਚੁੱਪ ਰਹੀ ਆ ਤਾਂ ਜਿਹੜਾ ਉੱਥੇ ਦਿੱਲੀ ਦੇ ਵਿੱਚ ਜਿਹੜਾ ਗੁਰੂ ਰਵਿਦਾਸ ਮੰਦਰ ਢਾਇਆ ਗਿਆ, ਅਤੇ ਪੰਜਾਬ ਦੀ ਸਰਕਾਰ ਜਿਹੜਾ ਭਗਵਾਨ ਵਾਲਮੀਕ ਜਿਹੜਾ ਉਹਨਾਂ ਨੇ ਇੱਥੇ ਨਿਰਾਦਰ ਕਰਵਾਇਆ, ਜਿਹੜਾ ਜੋ ਨਕੁਦਰ 'ਚ ਇਸ਼ੂ ਬਣਿਆ, ਇਹ ਸਾਰੇ ਇਸ਼ੂਆਂ ਨੂੰ ਲੈ ਕੇ ਜਿਹੜਾ ਅੱਜ ਗੁਰਾਇਆਂ ਵਿਖੇ ਵਿਧਾਨ ਸਭਾ ਹਲਕਾ ਫਲੌਰ ਦਾ ਜਿਹੜਾ ਘੜਾਪਨ ਪ੍ਰੋਗਰਾਮ ਕੀਤਾ ਗਿਆ, ਜਿਹਦੇ ਵਿੱਚ ਸਰਦਾਰ ਜਸਵੀਰ ਸਿੰਘ ਗੜੀ ਕਾਨੂੰ 'ਚ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਆ, ਔਰ ਅਸੀਂ ਅੱਜ ਦੇ ਇਸ ਮਾਧਿਅਮ ਤੋਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੇਕਰ ਪੰਜਾਬ ਦੇ ਵਿੱਚ ਪੰਜਾਬ ਦੀ ਲੋਕ ਹਿਤੈਸ਼ੀ ਲੋਕ ਮੁੱਦਿਆਂ ਨੂੰ ਗੱਲ ਕਰਨ ਵਾਲੀ ਜੇ ਕੋਈ ਪਾਰਟੀ ਆ ਤਾਂ ਉਹ ਬਹੁਜਨ ਸਮਾਜ ਪਾਰਟੀ ਆ, ਅਤੇ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ 2022 ਦੇ ਵਿੱਚ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣਾ ਚਾਹੀਦਾ, ਤਾਂ ਜੋ ਜਿਹੜਾ ਇਹ ਲੋਕ ਆ ਜਿਹੜੇ ਇਸ ਦੇਸ਼ ਦੇ ਅੰਦਰ ਪੰਜਾਬ ਦੇ ਵਿੱਚ ਜਿਹੜਾ ਆ ਗਰੀਬ ਗੁਰਬੇ ਕਿਸਾਨਾਂ ਮਜ਼ਦੂਰਾਂ ਔਰ ਛੋਟੇ ਵਪਾਰੀਆਂ 'ਤੇ ਜ਼ੁਲਮ ਜਾਤੀਆਂ ਕਰ ਰਿਹਾ, ਉਹਨਾਂ ਤੋਂ ਨਜਾਤ ਦਵਾਈ ਜਾ ਸਕੇ। 11 ਸਤੰਬਰ ਹੈ ਔਰ ਬਹੁਜਨ ਸਮਾਜ ਪਾਰਟੀ ਨੇ ਕੱਲ੍ਹ ਨੂੰ ਪੂਰੇ ਪੰਜਾਬ ਦੇ ਵਿੱਚ ਇੱਕ ਅੰਦੋਲਨ, ਪਾਪਾਂ ਦੇ ਘੜੇ, ਸਰਕਾਰ ਦੇ ਪਾਪਾਂ ਦੇ ਘੜੇ ਭੰਨੋ। ਉਹ 12 ਸਤੰਬਰ ਨੂੰ 117 ਵਿਧਾਨ ਸਭਾਵਾਂ ਦਾ ਪ੍ਰੋਗਰਾਮ ਸੀ ਕੱਲ੍ਹ, ਲੇਕਿਨ ਅੱਜ ਇੱਥੋਂ ਦੀ ਅਸੈਂਬਲੀ ਦੀ ਮੀਟਿੰਗ ਹੋਣ ਕਰਕੇ ਇਹਦੀ ਸ਼ੁਰੂਆਤ ਮੈਂ ਆਪਣੇ ਹੱਥਾਂ ਦੇ ਨਾਲ ਪੂਰੇ ਪੰਜਾਬ ਦੀ ਅੱਜ ਹੀ ਕਰ ਰਿਹਾ। ਫਲੋਰ ਦੇ ਵਿੱਚ ਸਰਕਾਰ ਜਿਹੜੀ ਆ ਉਹ ਸਾਰੇ ਫਰੰਟਾਂ 'ਤੇ ਫੇਲ ਹੋ ਚੁੱਕੀ ਆ। ਦਿੱਲੀ ਦੀ ਸਰਕਾਰ ਜਿਹੜੀ ਆ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਿਹੜਾ ਤੁਗਲਕਾਬਾਦ ਮੰਦਰ ਢਾਇਆ, ਕੇਂਦਰ ਦੀ ਭਾਜਪਾ ਸਰਕਾਰ ਔਰ ਅਕਾਲੀ ਸਰਕਾਰ ਉਹਦੇ ਨਾਲ ਗੱਠਜੋੜ ਵਿੱਚ ਉਹ ਫੇਲ ਹੈ। ਆਮ ਆਦਮੀ ਪਾਰਟੀ ਜਿਹੜੀ ਜਦੋਂ ਗੁਰੂ ਘਰ ਢਾਇਆ ਗਿਆ ਉਹਦੇ 'ਚ ਉਹ ਫੇਲ ਹੈ। ਉਹਨਾਂ ਨੇ ਕੋਈ ਉੱਥੇ ਜਿਹੜਾ ਕੋਈ ਵਕੀਲ ਨਹੀਂ ਖੜਾ ਕੀਤਾ ਔਰ ਪੰਜਾਬ ਦੇ ਵਿੱਚ ਭਗਵਾਨ ਵਾਲਮੀਕ ਜੀ ਵਾਲਾ ਮਾਮਲਾ ਆਇਆ, ਸਰਕਾਰਾਂ ਬੁਰੀ ਤਰ੍ਹਾਂ ਫੇਲ ਹੋਈਆਂ। ਨਕੋਦਰ ਦੇ ਵਿੱਚ ਗੋਲੀ ਚੱਲ ਗਈ ਔਰ ਸ਼ੁਕਰ ਹੈ ਕੁਦਰਤ ਦਾ ਤਾਂ ਇੱਕ ਜਾਨ ਬਚ ਗਈ ਆ, ਲੇਕਿਨ ਉੱਥੇ ਜਿਹੜਾ ਜਾਤੀ ਯੁੱਧ ਹੋਣ ਲੱਗਾ ਸੀ ਇਹ ਸਰਕਾਰਾਂ ਦੀ ਨਲੈਕੀ ਆ। ਔਰ ਉਸ ਤੋਂ ਬਾਅਦ ਪੰਜਾਬ 'ਚ ਹੜ੍ਹ ਆਏ ਆ, ਬਟਾਲੇ ਦੀ ਫੈਕਟਰੀ ਦਾ ਮਾਮਲਾ ਆਇਆ ਪਟਾਕੇ ਵਾਲੀ ਦਾ, ਅਤੇ ਔਰ ਸਰਕਾਰ ਹਰ ਮੋਰਚੇ 'ਤੇ ਫੇਲ ਹੋ ਰਹੀ। ਸਰਕਾਰ 3 ਸਾਲਾਂ ਤੋਂ ਹਰ ਮਾਮਲੇ ਸੁੱਤੀ ਪਈ ਆ। ਹਰ ਘਰ ਨੌਕਰੀ ਦੇਣੀ ਸੀ, ਸਰਕਾਰ ਫੇਲ। ਨੌਜਵਾਨਾਂ ਨੂੰ ਮੋਬਾਈਲ ਦੇਣੇ ਸੀ, ਸਰਕਾਰ ਫੇਲ। ਬਿਜਲੀ ਦੇ ਇੰਨੇ ਮਹਿੰਗੇ ਬਿੱਲ ਹੈ, ਹਿਮਾਚਲ ਸਸਤੀ ਬਿਜਲੀ, ਹਰਿਆਣੇ ਸਸਤੀ ਬਿਜਲੀ, ਦਿੱਲੀ ਸਸਤੀ ਬਿਜਲੀ, ਰਾਜਸਥਾਨ ਸਸਤੀ ਬਿਜਲੀ, ਜਿੱਥੇ ਰੇਤਾ ਪਾਣੀ ਹੈ ਹੀ ਨਹੀਂ। ਪੰਜਾਬ 'ਚ ਬਿਜਲੀ ਮਹਿੰਗੀ, ਸਰਕਾਰ ਬਿਲਕੁਲ ਸੁੱਤੀ ਪਈ ਆ। ਔਰ ਹਰ ਮੋਰਚੇ ਦੇ ਵਿੱਚ ਅੱਜ ਅਸੀਂ ਸਰਕਾਰ ਦੇ ਪਾਪਾਂ ਦਾ ਜਿਹੜਾ ਘੜਾ ਆ ਉਹਨੂੰ ਚੌਕ ਦੇ ਵਿੱਚ ਗਰਾਇਆ, ਚੌਕ ਦੇ ਵਿੱਚ ਭੰਨਣ ਜਾ ਰਹੇ ਹਾਂ। ਮੈਨੂੰ ਪੰਜਾਬ ਵਾਸੀਆਂ ਤੋਂ ਉਮੀਦ ਹੈ ਕਿ ਪੰਜਾਬ ਵਾਸੀ ਜਿਹੜੇ ਹੈਗੇ ਸਰਕਾਰ ਦੇ ਪਾਪਾਂ ਦਾ ਅਸਲੀ ਘੜਾ ਅਸੀਂ 2022 ਦੇ ਵਿੱਚ ਭੰਨਣਾ ਆ। ਅੱਜ ਅਸੀਂ ਸੰਕੇਤਕ ਭੰਨ ਰਹੇ ਹਾਂ ਔਰ ਪੰਜਾਬ ਦੇ ਲੋਕ ਬਹੁਜਨ ਸਮਾਜ ਪਾਰਟੀ ਦਾ ਨੀਲੇ ਝੰਡੇ ਦਾ ਸਾਥ ਦੇਣਗੇ। ਲੁਧਿਆਣੇ ਜਮਾਲਪੁਰ ਗੁਰੂ ਘਰ ਦਾ ਮਾਮਲਾ ਤੁਸੀਂ ਦੇਖ ਲਓ, ਗੁਰਬਾਣੀ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹੈ, ਪ੍ਰਕਾਸ਼ਮਾਨ ਹੈ, ਇਹ ਕੋਟਕਪੂਰੀ ਦਾ ਰੌਲਾ ਪਾਉਂਦੇ, ਬਰਗਾੜੀ ਦਾ ਰੌਲਾ ਪਾਉਂਦੇ, ਇਹ ਜਵਾਹਰਪੁਰ ਵਾਲੇ ਦਾ ਰੌਲਾ ਪਾਉਂਦੇ, ਅਕਾਲੀ ਔਰ ਕਾਂਗਰਸੀ ਮਿਲ ਜੁਲ ਕੇ ਨੂਰਾ ਕੁਸ਼ਤੀ ਖੇਡ ਰਹੇ ਆ ਔਰ ਪੂਰੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਆ ਗੁੰਮਰਾਹ ਕੀਤਾ ਜਾ ਰਿਹਾ। ਕਿੰਨੀਆਂ ਰਿਪੋਰਟਾਂ ਆ ਗਈਆਂ, ਇਹ ਕਹਿੰਦਾ ਸੀ ਮੈਂ 24 ਘੰਟਿਆਂ ਦੇ ਵਿੱਚ ਕਾਰਵਾਈਆਂ ਕਰਾਊਂਗਾ। ਮੈਨੂੰ ਇਹ ਲੱਗਦਾ ਅਸੀਂ ਸਰਕਾਰ ਨੂੰ 365 ਦਿਨ ਦਾ ਸਮਾਂ ਦਿੰਦੇ ਅੱਜ ਕਿ ਸਰਕਾਰ ਫੈਸਲਾ ਕਰੇ। ਅੱਜ ਤਰੀਕ ਦੇਖ ਲਓ ਕਿੰਨੀ, ਲਿਖ ਲਓ 365 ਦਿਨਾਂ ਦੇ ਵਿੱਚ ਜੇ ਸਰਕਾਰ ਨੇ ਬਰਗਾੜੀ ਦਾ ਮਾਮਲਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੱਲ ਨਾ ਕੀਤਾ, 365 ਦਿਨਾਂ ਤੋਂ ਬਾਅਦ ਸਰਕਾਰ ਨੂੰ ਖੁੱਲ੍ਹਾ ਸਮਾਂ ਦਿੱਤਾ ਸੀ, 365 ਦਿਨਾਂ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦਾ ਪੰਥ ਦਾ ਨੀਲਾ ਝੰਡਾ ਲੈ ਕੇ, ਪੰਥ ਦਾ ਨੀਲਾ ਝੰਡਾ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਦਲਾ ਜਿਹੜਾ ਲੈਣ ਲਈ 365 ਦਿਨਾਂ ਬਾਅਦ ਮੈਦਾਨ 'ਚ ਉਤਰੇਗੀ। ਬਹੁਤ ਖੁੱਲ੍ਹਾ ਸਮਾਂ ਦਿੱਤਾ, ਮੈਨੂੰ ਉਮੀਦ ਹੈ ਮਾਣਯੋਗ ਮੁੱਖ ਮੰਤਰੀ ਸਾਹਿਬ ਪਟਿਆਲੇ ਜਿਹੜੇ
ਮੋਤੀ ਮਹਿਲਾਂ 'ਚੋਂ ਔਰ ਹਿਮਾਚਲ ਦੀਆਂ ਵਾਦੀਆਂ 'ਚੋਂ ਨਿਕਲ ਕੇ ਜਿਹੜੇ ਪਟਿਆਲੇ ਤੋਂ ਆਏ ਮਿੱਤਰਾਂ ਦੇ ਨਾਲ ਮੌਜਾਂ ਲੁੱਟਦੇ ਆ, ਉਹ ਮੌਜਾਂ ਛੱਡ ਕੇ 365 ਦਿਨਾਂ ਦੇ ਵਿੱਚ ਬਰਗਾੜੀ ਮਾਮਲੇ ਨੂੰ ਜਿਹੜਾ ਉਹ ਕਾਰਵਾਈਆਂ ਕਰਨ ਦੀ ਉਹ ਕਰਨਗੇ। ਧੰਨਵਾਦ ਸਰ। ਬਰੈਕਟਾਂ 'ਚ ਲਿਖ ਲੈਂਦੇ ਬਸਪਾ ਆਗੂ, ਅਹੁਦਾ ਕੋਈ ਨਹੀਂ ਹੁੰਦਾ, ਜ਼ਿੰਮੇਵਾਰੀ ਕੋਈ ਨਹੀਂ ਹੁੰਦੀ, ਔਰ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ਼ ਜਾ ਕੇ ਪਾਰਟੀ ਦੇ ਲੀਡਰਸ਼ਿਪ ਦੇ ਖਿਲਾਫ਼ ਬੋਲਣਾ, ਔਰ ਇਹਨਾਂ ਨੂੰ ਇੱਕ ਤਰ੍ਹਾਂ ਦੇ ਉਹ ਅਨਡਿਕਲੇਅਰਡ ਬੇਦਾਵੀਏ ਹੁੰਦੇ ਆ। ਜਦੋਂ ਵੀ ਬੇਦਾਵੀਏ ਆਪਣੀ ਮੂਵਮੈਂਟ ਚਲਾਉਂਦੇ ਆ, ਜਦੋਂ ਵੀ ਉਹ ਗੱਦਾਰੀ ਦੀ ਪਹਿਲਾ ਸਟੈਪ ਹੁੰਦਾ, ਗੱਦਾਰੀ ਦਾ ਪਹਿਲਾਂ ਇੱਦਾਂ ਦਾ ਰੌਲਾ ਪਾਉਣਾ ਹੁੰਦਾ, ਬਾਅਦ ਵਿੱਚ ਜਾ ਕੇ ਸਮਾਜ ਨੂੰ ਗੁੰਮਰਾਹ ਕਰਕੇ ਵੱਡੇ ਪੱਧਰ 'ਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣਾ ਹੁੰਦਾ। ਅਸੀਂ ਆਪਣੇ ਬਹੁਜਨ ਸਮਾਜ ਨੂੰ ਸਚੇਤ ਕਰਨਾ ਚਾਹੁੰਦੇ ਹਾਂ ਕਿ ਇੱਦਾਂ ਦੇ ਸ਼ਰਾਰਤੀ ਅੰਸਰਾਂ ਤੋਂ ਜਿਹੜੇ ਫੇਸਬੁੱਕ ਸੋਸ਼ਲ ਮੀਡੀਆ 'ਤੇ ਇੱਦਾਂ ਦਾ ਗਲਤ ਮਲਤ ਪ੍ਰਚਾਰ ਕਰਦੇ ਆ, ਉਹਨਾਂ ਨੂੰ ਅਨਫਰੈਂਡ ਕਰ ਦਿਓ। ਅਸੀਂ ਉਹਨਾਂ ਦੇ ਵੀ ਪਾਪਾਂ ਦਾ ਘੜਾ ਭੰਨ ਰਹੇ ਹਾਂ। ਅੱਜ ਤੋਂ ਜ਼ਿਆਦਾ ਕਿਸੇ ਸੀਟ ਤੋਂ ਵੋਟ ਪਈ ਆ ਉਹ ਫਲੋਰ ਦੇ ਯੋਧਿਆਂ ਨੇ ਪਵਾਈ ਆ, ਔਰ ਜਦੋਂ ਦੀ ਪਾਰਟੀ ਬਣੀ ਹੈ ਇਤਿਹਾਸ ਹੈ ਬਹੁਜਨ ਸਮਾਜ ਪਾਰਟੀ ਦੇ ਫਲੋਰ ਦੇ ਯੋਧਿਆਂ ਦਾ। ਜਿੰਨੀ ਯੂਨਿਟੀ, ਜਿੰਨੀ ਏਕਤਾ, ਜਿੰਨੀ ਇਕਮੁੱਠਤਾ ਫਲੋਰ ਦੇ ਵਿੱਚ ਹੈ, ਉੱਨੀ ਪੰਜਾਬ ਦੇ, ਮੈਨੂੰ ਨਹੀਂ ਲੱਗਦਾ ਕਿ ਮੈਂ ਪੂਰੇ ਪੰਜਾਬ 'ਚ ਉਦਾਹਰਨਾਂ ਦੇ ਸਕਦਾ ਫਲੋਰ ਦੇ ਯੋਧਿਆਂ ਦੀਆਂ ਕਿ ਇੰਨੀ ਵੋਟ ਕੱਢਣੀ, ਇਹ ਯੂਨਿਟੀ ਤੋਂ ਬਗੈਰ ਸੰਭਵ ਹੈ ਹੀ ਨਹੀਂ। ਬਹੁਜਨ ਸਮਾਜ ਪਾਰਟੀ ਦੇ ਜਿੰਨੇ ਲੀਡਰ ਮੇਰੀ ਲਿਸਟ ਦੇ ਵਿੱਚ ਹੈ ਉਹ ਤਕਰੀਬਨ ਸਾਰੇ ਗੈਰ ਹਾਜ਼ਰ ਸੀ। ਦੋ ਕੁ ਦੇ ਫੋਨ ਆ ਗਏ ਸੀਗੇ ਮੈਨੂੰ, ਬਾਕੀ ਤੁਸੀਂ ਦੱਸ ਦਿਓ ਕਿਉਂ ਗੈਰ ਹਾਜ਼ਰ ਸੀ।